लो भी शुरू हो जो कैम आ गया ठेका। चल भाई ले पैसे कटो। हाँ फाड़ दी मेरे पता 90 ने 10 और कट। अच्छा जेब च रह गए होने गलती ना फिर जान के नहीं दिंदा होना। ओए ऐ करी ठेके वाले नूं कह दे बाबे दे चढ़ाउणियां बोतल इह 40 रुपये सस्ती ला दिंदा हुंदा उही अंडे खावांगे। तू कह ले तेरे जेठ लगदा बग जा हुण 20 40 आ ले। थैंक यू। होर कुछ चाहिदा? होर नहीं नहीं ना ए रहन दो चल आ ला 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 डब्बा है छड्ड नूं छड्ड नूं। ओ कंजरो कदे इहने किसदा घर बसण दित्ता? इन्नी गंदी चीज मैनूं तां समझ नहीं आउंदी लोक पींदे क्यों ने। इहनूं दौरे पैण लग गए दूध है जूस है होर सौ चीजें ने दुनिया ते पीण नू लपड़ी मारो। सही किया जी वेरी गुड। सच्चा दोस्त ओही हुंदा है जो अपने दोस्तां नू चंगी मत दवे। आई एम वेरी इंप्रेस्ड। हुण तुसी ए शराब दी बोतल इना दे सामने ही डोलो। हां जी ए कहर ना करो। शराब दी बोतल क्यों डोलनी है जी? गंदी चीज है जी डोलो। नहीं नहीं शराब थोड़ी गंदी हुंदी है जी। शराब नू पीण वाले लोग गंदे हुंदे ने इना वर्गे। ओ ना जी ना थोनू नहीं पता शराबियां दा ऐदा नहीं समझदे। ते ए ता लगदी भी शराब पी के डुल्लन आली पार्टी है। ए शकलो एटी दुख तुसी डोलो छेती डोलो एथे ही डोलो। हां जी मैं कहना एनु ऐदा इत्थे सड़क ते क्यों रोना है? हमें कोई बच्चा कटा चट लेगा हमें खंभियां च वाजदा फिरेगा की फायदा? सानू दे दे सी आपे डोलदा के अगे जाके। हां वैसे गल ते इनां दी ठीक आपे डोल देणगे जी। ओ ना जी इनां नु अकल कीवें आऊगी? तुसी एथे ही डोलो हुणे ही डोलो इनां दे सामने। अब यार डोलो डोलो छेती करो। परगट ना कर यार मैं तो सोरी नींद भी नहीं आती यार क्यों डोली जाना। आ लो जी आ डोलती जी। सही किता। वैसे मैं तो इतनी सस्ती शराब तो नफरत है लोग पता नहीं किदा पी लेंदे ने। सीखो कुछ अपने दोस्तों। हां जी ये देखो नहीं सीखे सारा कुछ है? मेरा मतलब बड़ियां दा आदर किवें करीदा है छोटियां नु प्यार किवें करीदा है मतलब दारू छड़नी भी देखो सीख लांगे। वैसे जिले हिसाब ने छिडा रहे मैनू लगता है दारू तो पता नहीं शरीर छड़ जाएंगे छेती। हिम्मत करो ता सब हो जाता है। हाँ जी हाँ जी है। बैठा देख के मैं जिवें इत्थे चौल वंडी दे हुण खड़ा ता देख के मैं जिवें सारा जंग जित के आया हुंदा। ओए मेरी अठवीं बैठ गया यार ਸਾਰਿਆ ਘਰੇ ਸਕੇ ਪਿਓ ਦੀ ਖਾਤਰ ਮੁਫਤ ਚ ਲੱਸੀ ਦਾ ਗਲਾਸ ਨਾ ਡੋਲੇ ਉੱਥੇ ਕੁੜੀ ਨੂੰ ਵਿਖਾਉਣ ਵਾਸਤੇ 300 ਦੀ ਬੋਤਲ ਡੋਲ ਕੇ ਆ ਗਿਆ। ਨਾ ਪਿਓ ਨੇ ਕਿਹੜਾ ਮੇਰੇ ਨਾਲ ਲਾਮਾ ਲੈਣੀਆਂ ਨੇ? ਉਹ ਫਿਰ ਕੁੜੀ ਨੇ ਕਿਹੜਾ ਲੈ ਲਿਆ ਉਹ ਵੀ ਆਪਣੇ ਪਿਓ ਦੀ ਪਸੰਦ ਦੇ ਮੁੰਡੇ ਨਾਲ ਕਰਾਉ। ਤੇ ਜਿਹੇ ਜੀ ਕੁੱਤੇ ਖਾਣੀ ਅਸੀਂ ਉਹਦੇ ਪਿਓ ਨਾਲ ਕਰਕੇ ਆਏ ਆ ਨਾ ਆਪਣੇ ਹੱਥੀਂ ਆਪਣੀ ਕੁੜੀ ਨੂੰ ਮਾਰਨਾ ਪਸੰਦ ਕਰੂ ਇਹਨੂੰ ਨਹੀਂ ਪਸੰਦ ਕਰਦਾ ਉਹ। ਪਰ ਤੁਹਾਨੂੰ ਕੀ ਲੋੜ ਸੀ ਬਕਵਾਸ ਕਰਨ ਦੀ ਮੇਰੇ ਡੈਡੀ ਜੀ ਨਾਲ? ਡੈਡੀ ਜੀ ਉਹ ਤੇਰਾ ਡੈਡੀ ਕਿਵੇਂ ਹੋ ਗਿਆ ਉਹ? ਨਾ ਹੁਣ ਮੈਂ ਹੂਣ ਵਾਲੇ ਸਹੁਰੇ ਨੂੰ ਡੈਡੀ ਜੀ ਨਹੀਂ ਕਹੂੰਗਾ ਹੋਰ ਵੀਰ ਜੀ ਕਹੂੰਗਾ। ਕੀ ਲੋੜ ਸੀ ਤੁਹਾਨੂੰ ਬਕਵਾਸ ਕਰਨ ਦੀ? ਸਾਡਾ ਤਾਂ ਸਹੁਰਿਆ ਬਿਜ਼ਨਸ ਹੀ ਬਕਵਾਸ ਮਾਰਨ। ਹਾਂ ਤੂੰ ਵੀ ਤਾਂ ਸਾਡਾ ਪਾਰਟਨਰ ਹੀ ਆ ਨਾਲੇ ਕਸਟਮ ਬਕਵਾਸ ਦੀ ਫੋਣੀ ਤਾਂ ਤੂੰ ਕੀਤੀ ਸੀ ਉੱਥੇ। ਨਾ ਪਰ ਮੈਨੂੰ ਕੀ ਪਤਾ ਸੀ ਮੇਰਾ ਸਹੁਰਾ ਨਿਕਲਿਆ ਉਹ ਤੇ ਅਸੀਂ ਰਾਸ਼ਨ ਕਾਰਡ ਦੇਖ ਕੇ ਬਕਵਾਸ ਸ਼ੁਰੂ ਕਰਦੇ ਹੁੰਦੇ ਆ। ਉਹ ਪਰ ਮੇਰਾ ਕੰਮ ਤਾਂ ਖਰਾਬ ਕਰਤਾ ਨਾ ਹੁਣ ਆਪਦੀ ਭਾਬੀ ਦੇ ਵਿਆਹ 'ਚ ਕੁਰਸੀਆਂ ਲਾਉਣ ਨਾਲੋਂ ਚੰਗਾ ਆਪਾਂ ਰਲ ਕੇ ਕੋਈ ਸਕੀਮ ਲਾ ਲਈਏ। ਓਏ ਸਕੀਮ ਲਾਉਣ ਵਾਲਾ ਸੌਫਟਵੇਅਰ ਤਾਂ ਤੂੰ ਡੋਲਤਾ। ਕੀ ਦਾਰੂ? ਓ ਯਾਰ ਕੋਈ ਤਾਂ ਤਰੀਕਾ ਦੱਸੋ ਵੀ ਉਹਦਾ ਪਿਓ ਮੈਨੂੰ ਪਸੰਦ ਕਰਨ ਲੱਗ ਜੇ। ਇੱਕ ਤਰੀਕਾ ਹੈਗਾ ਤੂੰ ਪੁਨਰ ਜਨਮ ਲੈ ਲੈ ਉਹ ਤਾਂ ਭਰਾਵਾ ਔਖਾ ਹੈ ਤੇਰਾ। ਓ ਯਾਰ ਔਖਾ ਔਖਾ ਕੁਛ ਨਹੀਂ ਹੁੰਦਾ ਉਹਦੇ ਪਿਓ ਸਾਹਮਣੇ ਬਸ ਮੇਰੀ ਇਮੇਜ ਸੋਹਣੀ ਬਣਾ ਦੋ। ਓ ਇਮੇਜ ਤਾਂ ਤੇਰੀ ਸ਼ੀਸ਼ੇ ਅੱਗੇ ਨਹੀਂ ਸੋਹਣੀ ਆਉਂਦੀ ਕੁੜੀ ਦੇ ਪਿਓ ਅੱਗੇ ਕਿਵੇਂ ਸੋਹਣੀ ਕਰਦੀ ਹੈ? ਓ ਯਾਰ ਜੇ ਹੌਸਲਾ ਨਹੀਂ ਦੇਣਾ ਨਾ ਦਿਓ ਘੱਟੋ ਘੱਟਾ ਕੰਪਲੈਕਸ ਨਾ ਦਿਓ। ਤੁਹਾਡੇ ਦੋਵਾਂ ਦਾ ਮੈਂ ਮਰਿਆਂ ਦਾ ਮੂੰਹ ਦੇਖਾਂ ਜੇ ਮੈਂ ਝੂਠ ਬੋਲਾਂ। ਮੈਂ ਸੱਚੇ ਦਿਲੋਂ ਗਗਨ ਨੂੰ ਤੁਹਾਡੀ ਭਾਬੀ ਮੰਨੀ ਫਿਰਦਾ ਬਸ। ਹਾਂ ਤੇ ਉਹ 'ਚ ਸਾਡਾ ਕੀ ਫਾਇਦਾ? ਨਾਲੇ ਤੇਰੇ ਮੰਨਣ ਨਾਲ ਕੀ ਹੋਜੂ? ਕੁਰਸੀਆਂ ਮੰਗਾ ਲਓ ਭਰਾ ਥੱਕ ਗਏ ਖੜੇ ਖੜੇ ਆਉਣਗੇ ਇੱਧਰੋਂ ਹੀ। ਸੇਠ ਜੀ ਸਵੇਰ ਤੋਂ ਬਿਠਾ ਕੇ ਰੱਖਿਆ ਜੀ ਤੁਸੀਂ ਨਾਸ਼ਤੇ ਦਾ ਕਹਿ ਕੇ ਲੰਚ ਵੀ ਲੰਘ ਗਿਆ ਜੀ ਕਦੋਂ ਕਰਾਉਂਗੇ ਜੀ ਨਾਸ਼ਤਾ? ਉਹ ਬਹਿ ਜਾਓ ਯਾਰ ਤੁਸੀਂ ਕਿਹੜਾ ਦਫ਼ਤਰ ਜਾਣ ਦਾ ਸਾਰੀ ਦਿਹਾੜੀ ਇੱਥੇ ਮੰਗਣਾ ਹੁੰਦਾ? ਉਹ ਜੀ ਇਸ ਟਾਈਮ ਤੱਕ ਤਾਂ 250-300 ਰੁਪਏ ਕਮਾ ਲੈਂਦੇ ਹਾਂ ਜੀ। 250-300 ਰੁਪਈਆ? ਹਾਂਜੀ। ਉਹ ਗੱਲ ਸੁਣ ਲੋਕਾਂ ਨੇ ਆਟੋ ਪਾਏ ਹੁੰਦੇ ਆਪਾਂ ਮੰਗਤੇ ਹੀ ਨਾ ਪਾ ਲਈਏ ਪੰਜ ਚਾਰ। ਗੱਲ ਤਾਂ ਸਹੀ ਹੈ ਯਾਰ ਤੇਰੀ ਇਹਨਾਂ ਨੂੰ ਕਹਾਂਗੇ ਬੋਤਲ ਤੇ ਚਿਕਨ ਦੇ ਜਾ ਕਰੋ ਬਾਕੀ ਭਾਂ ਤੁਹਾਡੀ। ਲਓ ਵੀ ਪੂਰੀਆਂ। ਉਹ 1300 ਤਾਂ ਦੇਖ ਹੀ ਨਹੀਂ ਰਿਹਾ। ਛੋਲੇ ਬੰਦ ਕਰ ਦੋ ਏ ਫੜਾਓ ਨਾ ਫੜਾਓ ਨਾ ਫੜਾਓ।
ਉਹ ਦੇਖ ਲਿਆ ਉਹ ਸੁਜੀ ਜਿਹਾ ਖਾਣੇ ਨੇ ਬੜਾ ਸੇਠ ਜੀ ਐਦਾਂ ਨਾ ਕਰੋ ਜੀ ਭੁੱਖ ਬਹੁਤ ਲੱਗੀ ਹੈ ਛੱਡ ਛੱਡ ਤੋਂ ਬਿਠਾ ਕੇ ਰੱਖਿਆ ਤੁਸੀਂ ਬ੍ਰਦਰ ਛੱਡ ਸੇਠ ਜੀ ਛੱਡ ਦੋ ਤੇ ਸੇਠ ਜੀ ਛੱਡ ਦੋ ਛੱਡ ਦੋ ਸ਼ਰਮ ਨਹੀਂ ਆਉਂਦੀ ਮੰਗ ਤੇ ਖੋ ਕੇ ਖਾਂਦਿਆਂ ਨੂੰ ਓਏ ਖੋ ਨਾਲ ਤਾਂ ਚੰਗਾ ਇਹਨਾਂ ਦੇ ਨਾਲ ਬਹਿ ਕੇ ਹੀ ਮੰਗ ਲਓ ਕਿਵੇਂ ਸਾਲਿਆਂ ਨੇ ਖੋ ਖੋ ਕੇ ਲਿਫਾਫੇ ਭਰੇ ਆ ਇਹ ਸਾਡੇ ਫਟੇ ਮੂੰਹ ਤੁਹਾਡੇ ਜੰਮਣ ਦੇ ਦਸਰਣਾ ਲਾ ਕੇ ਸੁੱਤਾ ਸੀ ਇਹ ਵੱਟ ਦਸਰਣਾ ਲਾ ਕੇ ਸੌਂ ਗਿਆ ਓਏ ਪੜ ਉਹ ਦਿਨ ਤਾਂ ਚੜ ਲੈਣ ਦੋ ਯਾਰ ਕਿਉਂ ਅੱਧੀ ਰਾਤ ਨੂੰ ਤੰਗ ਕੀਤਾ ਰੈਪਟਾ ਛੱਡਾ ਤੇਰੇ ਕੰਨ ਤੇ ਮੈਂ ਇੱਕ ਹੋਰ ਦਿਨ ਕਦੋਂ ਚੜਨਾ ਓਏ ਹੁਣ ਤੈਨੂੰ ਟਾਰਚ ਲੈ ਕੇ ਸੂਰਜ ਦਿਖਾਵਾਂ ਉਹ ਮਜ਼ਾਕ ਨਾ ਕਰੋ ਯਾਰ ਪਹਿਲਾਂ ਹੀ ਮੈਨੂੰ ਮੇਰੇ ਵਿਆਹ ਦੇ ਚਾਅ 'ਚ ਰਾਤ ਲੰਮੀ ਲੱਗ ਰਹੀ ਹੈ ਚੱਲ ਭਰਾਵਾ ਸੌਂ ਜਾ ਚੱਲ ਤੂੰ ਵੀ ਸੌਂ ਜਾ ਪਤਾ ਨਹੀਂ ਦਿਨ ਕਦੋਂ ਚੜੂਗਾ ਯਾਰ ਓਏ ਹੁਣ ਕੈਨੇਡਾ 'ਚ ਦਿਨ ਚੜਾ ਕੇ ਉੱਠੇਗਾ ਇੰਡੀਆ 'ਚ ਤਾਂ 8 ਵਜੇ ਪਏ ਨੇ ਯਾਰ ਉਹ ਧੁੱਪ ਤਾਂ ਮੈਨੂੰ ਵੀ ਲੱਗ ਰਹੀ ਹੈ ਹੈਗੀ ਰਾਤ ਹੀ ਹੈ ਸੁੱਖੀ ਲਾਈਟ ਮਾਰੀ ਯਾਰ ਮੈਨੂੰ ਮੇਰਾ ਮੋਬਾਈਲ ਨਹੀਂ ਦਿਖ ਰਿਹਾ ਸੁੱਖੀ ਮੇਰਾ ਮੋਬਾਈਲ ਕਿੱਥੇ ਯਾਰ ਓਏ ਕੀ ਕਹਿ ਰਿਹਾ ਸੱਚੀ ਕਹਿਣਾ ਯਾਰ ਮੈਨੂੰ ਸੁੱਖੀ ਕੁਛ ਨਹੀਂ ਦਿਖ ਰਿਹਾ ਉਹ ਕੀ ਕਹਿ ਰਿਹਾ ਤੂੰ ਉਹ ਸੁੱਖੀ ਨੂੰ ਦੱਸ ਮੈਂ ਕੀ ਕਹਿ ਰਿਹਾ ਹੁਣ ਮੈਂ ਇਕੱਲੇ ਇਕੱਲੇ ਨੂੰ ਦੱਸਾਂ ਮੈਨੂੰ ਨਹੀਂ ਦਿਖਦਾ ਯਾਰ ਕੋਈ ਟੂਣਾ ਟਾਣਾ ਤਾਂ ਨਹੀਂ ਟੱਪ ਗਿਆ ਇਹ ਰਾਤੋਂ ਰਾਤ ਕਿੱਥੇ ਭੱਗ ਗਈਆਂ ਤੇਰੀਆਂ ਅੱਖਾਂ ਬੈਡ ਲੱਭ ਲਓ ਕਿੱਥੇ ਗਈਆਂ ਨੇ ਉਹ ਮੈਨੂੰ ਨਹੀਂ ਦਿਖਦਾ ਯਾਰ ਓਏ ਤੇਰੇ ਅੱਗੇ ਹੱਥ ਜੋੜੇ ਅਕਲ ਦਾ ਤੇ ਪਹਿਲਾਂ ਹੀ ਇੰਨਾ ਸੀ ਸੱਚੀ ਤੇ ਨਹੀਂ ਇੰਨਾ ਹੋ ਗਿਆ ਉਹ ਮੈਨੂੰ ਦੇਖਦਾ ਨਹੀਂ ਸੁੱਖੀ ਯਾਰ ਮੈਨੂੰ ਨਹੀਂ ਪਤਾ ਲੱਗਦਾ ਕੁਝ ਵੀ ਕੁਝ ਨਹੀਂ ਦਿਖਦਾ ਮੈਨੂੰ ਯਾਰ ਉਹ ਹਰੀ ਨਾ ਕਰ ਯਾਰ ਉਹ ਸੁੱਕੀ ਰਹਿਣ ਦੇ ਮੈਨੂੰ ਨਹੀਂ ਦਿਖਦਾ ਯਾਰ ਯਾਰ ਹੁਣ ਪ੍ਰਗਟ ਕਿਉਂ ਐ ਕਰੀ ਜਾਂਦਾ ਅੱਛਾ 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 ਦੱਸ ਇਹ ਆ ਕੀ ਐ ਨੇਰਾ ਆ ਕੀ ਆ ਜਾਦੇ ਨੇਰਾ ਯਾਰ ਨਹੀਂ ਦਿਖਦਾ ਪ੍ਰਗਟ ਕਿਉਂ ਘਬਰਾਟ ਪਈ ਜਾਂਦਾ ਸਾਨੂੰ ਓਏ ਕੀ ਆਣਾ ਕਰੋ ਯਾਰ ਮੈਂ ਕਨਫਿਊਜ਼ ਹੋ ਰਿਹਾ ਉਹ ਮੈਨੂੰ ਨਹੀਂ ਦਿਖਦਾ ਯਾਰ ਉਹ ਮੈਨੂੰ ਨਹੀਂ ਦਿਖਦਾ ਕੁਝ ਨਹੀਂ ਦਿਖਦਾ ਇਹਦਾ ਕੰਮ ਹੋ ਗਿਆ ਲੱਗਦਾ ਤੂੰ ਐ ਕਰ ਛੇਤੀ ਛੇਤੀ ਲਿਆ ਕੇ ਨਾ ਇਹਦੀਆਂ ਅੱਖਾਂ 'ਚ ਛਿੱਟੇ ਮਾਰ ਓਏ ਇੱਕ ਤਾਂ ਪੈਗ ਬਚਿਆ ਉਹ ਵੀ ਇਹਦੀਆਂ ਅੱਖਾਂ 'ਚ ਮਾਰ ਕੇ ਖਰਾਬ ਕਰ ਲਈਏ ਮੈਂ ਤੇਰੇ ਕੰਮ ਤੇ ਮਾਰਨੀ ਆ ਮੈਂ ਪਾਣੀ ਦੇ ਛਿੱਟੇ ਮਾਰਨ ਨੂੰ ਕਹਿ ਰਿਹਾ ਓ ਯਾਰ ਪਾਣੀ ਲੈ ਯਾਰ ਸ਼ਾਇਦ ਠੀਕ ਹੋ ਜੇ ਸੁੱਕੀ ਮੈਨੂੰ ਕੋਈ ਨਹੀਂ ਹੌਸਲਾ ਰੱਖ ਕੁਝ ਨਹੀਂ ਦਿਖਦਾ ਯਾਰ ਓਏ ਆ ਗਿਆ ਪਾਣੀ ਚੱਲ ਚੱਲ ਓਏ ਓਏ ਹੱਥ ਵੀ ਐਨੇ ਹੋ ਗਏ ਤੇਰੇ ਹਵਾ ਦੇ ਛਿੱਟੇ ਮਾਰੀ ਜਾਂਦਾ ਜਾਗ ਉਧਰ ਓਏ ਇੱਧਰ ਕਿੱਧਰ ਓਏ ਇੱਧਰ ਓ ਕਿੱਧਰ ਯਾਰ ਓਏ ਇੱਧਰ ਯਾਰ ਹੁਣ ਮਾਰ ਹੁਣ ਦਿਸ ਰਿਹਾ ਹੈ ਹਾਂ ਸ਼ੁਕਰ ਹੈ ਮੈਨੂੰ ਮੇਰਾ ਵਿਆਹ ਟੁੱਟਦਾ ਦਿਖ ਰਿਹਾ ਚੱਲ ਇਹ ਤਾਂ ਕਮਾਲ ਹੀ ਕਰਤੀ ਉਹ ਮੈਨੂੰ ਨਹੀਂ ਪਤਾ ਸੀ ਮੇਰੇ ਟਰੈਕਟਰ 'ਚ ਵੀ ਇੰਨਾ ਜ਼ੋਰ ਹੈ ਉਹ ਜ਼ੋਰ ਟਰੈਕਟਰ 'ਚ ਨਹੀਂ ਡਰਾਈਵਰ ਦੇ ਇਰਾਦਿਆਂ 'ਚ ਹੋਣਾ ਚਾਹੀਦਾ ਬਹੁਤ ਮਿਹਰਬਾਨੀ ਯਾਰ ਤੇਰੇ ਕਰਕੇ ਨਿਕਲ ਗਿਆ ਨਹੀਂ ਤਾਂ ਮੇਰੀ ਸਾਰੀ ਦਿਹਾੜੀ ਇੱਥੇ ਫੁੱਟ ਜਾਣੀ ਸੀ ਚੱਲ 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 ਖਿੱਚ ਲਾ ਹੁਣ ਇਹਨੂੰ ਚਾਹੁੰਦਾ ਰਹਿ ਭਾਈ ਕਿਆ ਅਗਲੀ ਲੰਬੀ ਛੁੱਟੀ ਹੁਣ ਮੈਂ ਤੇਰੇ ਵਿਆਹ 'ਤੇ ਲਾਉਂਗਾ ਬਸ ਫਿਰ ਨਹੀਂ ਤੂੰ ਆਉਂਦਾ ਪੁੱਤ ਆ ਰੋਟੀਆਂ ਮੈਂ ਡਾਲ ਦੇ ਘਿਓ ਨਾਲ ਹੀ ਚੋਪੜ ਕੇ ਦੇਈ ਜਾਂਦੀ ਹਾਂ ਤੁਹਾਨੂੰ ਦੇਸੀ ਘਿਓ ਅੰਦਰ ਕੋਠੜੀ 'ਚ ਹਨੇਰੇ 'ਚ ਪਿਆ ਚੰਗਾ ਚੰਗਾ ਜੇ ਵਿਆਹ ਨੀ ਕਰਾਉਣਾ ਤਾਂ ਕੋਈ ਭਈਆ ਰਾਣੀ ਲਿਆ ਬੀਬੀ ਨੂੰ ਤਾਂ ਰਸੋਈ ਦੇ ਕੰਮਾਂ 'ਚ ਵਿਹਲਾ ਕਰ
ਇੱਥੇ ਚਾਹੀਦੀ ਭਈਆ ਰਾਣੀ ਲਿਆ ਚਾਹੀਦੀ ਫੂਲਾ ਰਾਣੀ ਲਿਆ ਬੀਬੀ ਨੇ ਤਾਂ ਫੇਰ ਐਂ ਕਹਿਣਾ ਵੀ ਤੂੰ ਸਾਈਡ ਤੇ ਬੈਠ ਮੈਂ ਤੈਨੂੰ ਪਕਾ ਕੇ ਦਿਖਾਉਂਦੀ ਹਾਂ ਰੋਟੀਆਂ ਉਹ ਜੇ ਕਿਸ ਦਾ ਕੰਮ ਕੀਤਾ ਪਸੰਦ ਆਉਂਦਾ ਹੁੰਦਾ ਬੀਬੀ ਨੂੰ ਤਾਂ ਹੁਣ ਨੂੰ ਚਾਚੀ ਹੋਣੀ ਅੱਡ ਥੋੜੀ ਕਰਦੇ ਚੁੱਲ੍ਹਾ ਸਾਡੇ ਨਾਲੋਂ ਵੋ ਮੈਂ ਮਰ ਜਾ ਮੈਂ ਰੋਟੀਆਂ ਤਾਂ ਉਵੇਂ ਪਈਆਂ ਗੰਢੇ ਸਾਰੇ ਖਾ ਗਏ ਉਹਦੇ ਨਾਲ ਨਿਗਾਹ ਤੇਜ਼ ਹੁੰਦੀ ਹੈ ਬੀਬੀ ਫਿਰ ਆਪਣੀ ਮਾਂ ਦੀ ਐਨਕ ਲਾ ਦੇ ਦੇਖ ਆ ਲਿਆ ਭਲਾ ਕਿੰਨੇ ਚਿਰ ਦੀ ਛੁੱਟੀਆਂ ਐਤ ਕੀ 20 ਡੇਜ਼ ਕੀ 20 ਦਿਨ ਅਗਲੇ ਹਫਤੇ ਜਾਣਾ ਵਾਪਸ ਮੈਂ ਪੰਡਿਤ ਨੂੰ ਵੀ ਨਾਲ ਹੀ ਲੈ ਜਾ ਸਾਰਾ ਦਿਨ ਕੋਲੇ ਕੱਜਦਾ ਫਿਰਦਾ ਚੱਲਦੀ ਹੈ ਬੀਬੀ ਇਹਦੀ ਗੱਲ ਜੇ ਗੱਲ ਬਣ ਗਈ ਐਤਕੀ ਇਹਨੂੰ ਨਾਲ ਲੈ ਕੇ ਜਾਊ ਅੱਛਾ ਬੇ ਬੌਟੀ ਨੂੰ ਨਾਲ ਲੈ ਕੇ ਜਾਏਗਾ ਫਿਰ ਨਾ ਬੀਬੀ ਉੱਥੇ ਕਹਿੰਦੇ ਮਾਹੌਲ ਜਿਹਾ ਨਹੀਂ ਹਜੇ ਹੈਗਾ ਉਹ ਤਾਂ ਇੱਥੇ ਰਹੂਗੀ ਇੱਥੇ ਜੀ ਲਾ ਲੂਗੀ ਉਹ ਲੈ ਜਦੋਂ ਚੜੇ ਮਹੀਨੇ ਧਰਿਆ ਧੜੀ ਤੇ 12,000 ਪਾਇਆ ਚੱਕ ਮੇਦੋ ਚੱਕ ਮਾ ਸੂਟ ਉਹਦਾ ਮੇਲ ਨਹੀਂ ਫਿਰੂਗੀ ਤੀਵੀਂ ਨੂੰ ਲਿਆ ਲਿਆ ਕੇ ਦੇਈ ਜਾਈ ਆਪਦੀ ਮਾਂ ਨੂੰ ਨਾ ਲਿਆ ਕੇ ਦੇਈ ਕੁਛ ਕੁੱਤਿਆ ਲੈ ਮਾਂ ਨੇ ਇਸ ਉਮਰ ਚ ਬੜੇ ਪਲਾਜੋ ਪਾਉਣੇ ਤੁਰਿਆ ਜਾਂਦਾ ਨੀ ਬੇਚਾਰੀ ਉਹ ਬੀਬੀ ਕਹਿੰਦੇ ਮੁੰਡਾ ਵਿਆਹਿਆ ਤੇ ਨੋਟ ਤੜਾਇਆ ਮੁੜ ਕੇ ਨੀ ਜੁੜਦੇ ਹੁੰਦੇ ਨਾ ਬਈ ਦਾਹੀ ਨੀ ਕਰਾਉਂਦਾ ਤੂੰ ਚੱਲ ਓਏ ਇਹਨੂੰ ਕੁੜੀ ਕੌਣ ਦੇ ਦੂ ਅਨਪੜ੍ਹ ਨੂੰ ਪੜ੍ਹਿਆ ਇਹ ਹੈ ਨੀ ਆਹ ਭੱਠ ਵੀ ਜੋ ਹਟ ਗਿਆ ਅੱਜ ਕੱਲ੍ਹ ਦੀਆਂ ਕੁੜੀਆਂ ਪਤਾ ਕਿੰਨਾ ਪੜ੍ਹ ਗਈਆਂ ਮੋਬਾਈਲ ਇਹਨੂੰ ਨੀ ਚਲਾਉਣਾ ਆਉਂਦਾ ਤਾਂ ਹੀ ਤਾਂ ਵਟਸਐਪ ਦੇ ਜ਼ਮਾਨੇ 'ਚ ਠੀਕਰੀ ਜਿੱਡਾ ਕੁ ਮੋਬਾਈਲ ਚੱਕੀ ਵਰਦਾ ਇਹਦਾ ਪੜ੍ਹਾਈ 'ਚ ਜੀਓ ਹੀ ਨਹੀਂ ਲੱਗਿਆ ਜੀ ਨਹੀਂ ਲੱਗਿਆ ਤਾਂ ਮਹਾਰਾਜ ਜੀ ਪਟਿਆਲੇ ਦਾ ਸਾਰਾ ਦਿਨ ਤਾਂ ਮਾਸਟਰ ਨੂੰ ਮੁਰਗਾ ਬਣਾਈ ਲੈਂਦੇ ਸੀ ਉਹ ਤਾਂ ਸ਼ੁਕਰ ਹੋਇਆ ਇਹ 8ਵੀਂ 'ਚ ਹਟ ਗਿਆ ਜੇ 2 ਸਾਲ ਹੋਰ ਲਾ ਲੈਂਦਾ ਨਾ ਇਹਨੇ ਪਾਂਗਾ ਦੇਣ ਲੱਗ ਜਾਣਾ ਸੀ ਮੈਂ ਵੀ ਕਦੋਂ ਦੀ ਤੁਹਾਡੇ ਮੂੰਹ ਕਨੀ ਚੱਖੀ ਜਾਂਦੀ ਹਾਂ ਰੋਟੀ ਇੱਕ ਨਹੀਂ ਖਾਧੀ ਗੰਢਾ ਦੀ ਤੁਸੀਂ ਪਸੇਰੀ ਚੱਪ ਗਏ ਆ ਮੈਨੂੰ ਦੱਸੋ ਆ ਮੂਤ ਕਿੱਥੋਂ ਪੀ ਕੇ ਆਏ ਹੋ ਚੱਲ ਤੇਰੀ ਨਹੀਂ ਲੱਗਦੀ ਜਾਣੇ ਕਿ ਨਹੀਂ ਇੱਥੋਂ ਕੁੱਤੇ ਹੋ ਚਲੋ ਚਲੋ ਮੈਨੂੰ ਵੀ ਗਲਤ ਕੰਮਾਂ 'ਚ ਪਾਉਂਦੇ ਨੇ ਤੂੰ ਕਿਹੜੇ ਇਹਨਾਂ ਨਾਲੋਂ ਘੱਟ ਹੈ ਮੈਂ ਤਾਂ ਨਹੀਂ ਪੀਤੀ ਪੀਤੀ ਨਹੀਂ ਤੂੰ ਸੈੱਟ ਪਤਾ ਚੱਲ ਬਾਈ ਆ ਚੱਕ ਗਿਆਰਾਂ ਕੇਵਲ ਤੈਨੂੰ ਯਾਦ ਹੈ ਕਿਹੜਾ ਮੈਂ ਤੈਨੂੰ ਦੱਸਿਆ ਸੀ ਵੀ ਛੋਟੇ ਹੁੰਦੇ ਤੂੰ ਮੈਨੂੰ ਕਿਸੇ ਦੀ ਉਡੀਕ ਰਹਿੰਦੀ ਸੀ ਜਿਵੇਂ ਹਲੇ ਕਿਸੇ ਨੇ ਆਉਣਾ ਹੋਵੇ ਅੱਛਾ ਨੌ ਬਣਾਤੇ ਹਾਂ ਦੱਸਿਆ ਸੀ ਐਤਕੀ ਉਹ ਉਡੀਕ ਮੁੱਕ ਗਈ ਸੈੱਟ ਦੁੱਕੇ ਥੱਲੇ ਸੈੱਟ ਥੱਲੇ ਥੱਲੇ ਲੈ ਮੈਨੂੰ ਤਾਂ ਯਾਰ ਐਂ ਲੱਗਦਾ ਜਿਵੇਂ ਨਾ ਰੱਬ ਨੇ ਉਹਨੂੰ ਪੜ੍ਹਾਈ ਮੇਰੇ ਲਈ ਹੋਵੇ ਆ ਚੱਕ ਫਿਰ ਆਏ ਹੋਏ ਗੋਲਾ ਵੀ ਤੂੰ ਸਮੇਂ ਬੈਠਾ ਸੀ ਯਾਰ ਕਹਿਣ ਨੂੰ ਤਾਂ ਤੁਸੀਂ ਕਹੋਗੇ ਵੀ ਕੀ ਕਹਿੰਦਾ ਪਰ ਮੈਨੂੰ ਨਾ ਐ ਲੱਗਦਾ ਜਿਵੇਂ ਉਹਨੇ ਵੀ ਮੈਨੂੰ ਪਛਾਣ ਲਿਆ ਹੋਵੇ ਇੱਥੇ ਰੱਖ ਕੌਣ ਹੈ ਹੋਏ ਬੁੱਝ ਭਲਾ ਅਸੀਂ ਤੋ ਤੁਹਾਡੇ ਗੁਆਂਢ 'ਚ ਗੋਹਾ ਕੂੜਾ ਕਰਨ ਆਉਂਦੀ ਹੈ ਉਹੀ ਹੋਊ ਆ ਡੰਗਰ ਜਿਹਨੇ ਗੱਲ ਦਾ ਸਵਾਦ ਹੀ ਮਾਰਤਾ ਯਾਰ ਚੱਲ ਤੂੰ ਆਪੇ ਦੱਸਦੇ ਕੌਣ ਹੈ ਫਿਰ ਉਹ ਬਈ ਆਪਣੇ ਪਿੰਡ ਸ਼ੂਟਿੰਗ ਹੋਈ ਸੀ ਨਾ ਉਹਦੀ ਐਕਟਰ ਨੇ ਸੁਨਾਲੀ ਸੌਂਖਾ ਹਾਂ ਸੌਂ ਲੱਗੇ ਆ ਲੈ ਬਾਈ ਲਰਸ ਦੀ ਸੌਂ ਲੱਗੇ ਹੋਰ ਦੱਸ ਪੱਕੀ ਗੱਲ ਹੈ ਹਾਂ ਯਾਰ ਤੈਨੂੰ ਸਿਆਣ ਲਿਆ ਸੀ ਉਹਨੇ ਬਾਈ ਗੱਲ ਕਹਿਣ ਨੂੰ ਤਾਂ ਵੱਡੀ ਲੱਗਦੀ ਆ ਪਰ ਮੈਨੂੰ ਤਾਂ ਲੱਗਦਾ ਯਾਰ ਲੈ ਵੱਡੀ ਗੱਲ ਨੂੰ ਕੀ ਹੈ ਓਏ ਫੱਕਰਾਂ ਨਾਲ ਹੀ ਕ੍ਰਿਸ਼ਮੇ ਹੁੰਦੇ ਹੁੰਦੇ ਨੇ ਤੂੰ ਕੇਵਲਾ ਲੱਗਦਾ ਮੈਨੂੰ ਵੀ ਸੀ ਇਹਦੇ ਵੱਲ ਝਾਕੀ ਜਾਂਦੀ ਸੀ ਹੈ ਨਾ ਹੈ ਨਾ ਖਾਸਾ ਧਿਆਨ ਦੇ ਨਾਲ ਦੇਖਦੀ ਸੀ ਮੇਰੇ ਵੱਲ ਪੱਤਾ ਸਿੱਟਾ ਬਾਈ ਬਾਈ ਯਾਰ ਤਾਸ਼ ਬਾਅਦ 'ਚ ਖੇਡ ਲਿਓ ਤੂੰ ਆਪ ਦੱਸ ਯਾਰ ਬਾਈ ਬੇਬੇ ਨੇ ਉਹਨੂੰ ਕਿਹਾ ਵੀ ਸੀ ਵੀ ਇਹ ਕੰਗਣ ਸਿਰਫ ਮੇਰੀ ਪੋਤ ਨੂੰ ਹੀ ਪਾਊਗੀ ਫਿਰ ਵੀ ਉਹਨੇ ਚਾਈ ਚਾਈ ਆਪਣੀਆਂ ਬਾਹਾਂ ਦੇ ਵਿੱਚ ਪਾ ਲਏ ਇਦੋਂ ਬਾਅਦ ਦੱਸ ਅਗਲੀ ਪਿਆਰ ਦਾ ਸਬੂਤ ਹੋਰ ਕਿਤੇ ਜੇ ਯਾਰ ਥੋੜੀ ਭਾਣੋ ਗੱਲ ਇੱਥੇ ਤੱਕ ਵਧੀ ਪਈ ਹੈ ਮੈਨੂੰ ਪਤਾ ਹੀ ਨਹੀਂ ਸੀ ਹੋਰ ਬਾਈ ਜਿਹੜੀ ਕਦੇ ਸੁਪਨੇ ਦੇਖੀ ਸੀ ਐ ਇੱਕਦਮ ਪਰ ਤੱਕ ਮੁੜੇ ਆ ਜੂਗੀ ਸੋਚਿਆ ਵੀ ਨਹੀਂ ਸੀਗਾ ਫਿਰ ਤਾਂ ਖਵਾਏਗਾ ਐਤਕੀ ਸਿਆਲ 'ਚ ਵਿਆਹ ਦੇ ਲੱਡੂ ਉਹ ਤਾਂ ਖੈਰ ਬਾਈ ਰੱਬ ਹੀ ਜਾਣਦਾ ਬਾਈ ਉਹ ਤਾਂ ਸ਼ੂਟਿੰਗ ਕਰਕੇ ਚਲੀ ਗਈ ਨਾ ਤਾਂ ਮੇਰੇ ਕੋਲ ਕੋਈ ਥੋਹ ਪਤਾ ਨਾ ਕੋਈ ਫੋਨ ਨੰਬਰ ਹੈ ਹੁਣ ਬਈ ਅਸੀਂ ਮਿਲਾਂਗੇ ਕਿਵੇਂ ਓਏ ਰੱਬ ਸੱਚੀਆਂ ਰੂਹਾਂ ਨੂੰ ਆਪੇ ਮਿਲਾਉਂਦਾ ਹੈ ਤੇਰਾ ਘਰ ਤਾਂ ਪਤਾ ਹੀ ਹੈ ਉਹਨੂੰ ਹੋ ਸਕਦਾ ਕੋਈ ਚਿੱਠੀ ਪੱਤਰੀ ਪਾ ਦੇ ਦੇਖੋ ਬਾਈ ਕੀ ਬਣਦਾ ਪਹਿਲੇ ਨੇ ਪਕੜੇ ਯਾਰ ਬੇਲੀ ਖੁਸ਼ੀਆਂ ਮਨਾਉਂਦੇ ਨੇ ਨਹੀਂ ਹਿੱਸਾ
ਲੱਗਿਆ ਪੁੱਤ ਟੁੱਟੀ ਜ਼ਿੱਦੀ ਰੱਬ ਦਾ ਨਾਂ ਲੈ ਕੇ ਅੱਜ ਆਪਦੀ ਚਿੰਤ ਪਕਾ ਲਾ ਪੁੱਤ लाओ भी मेरे वीरियो कर मैंने अज की फिर चंडी की है शब्द फिर उ टक 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 दिया हर कहना के करमे को करमे की झंडी फड़ती है वेखते हूं की बनता है लै भी चके झंडी तो फड़ ली पर हूं देखते दे करमे का बाई लास ਸ਼ੁਰੂ ਹੋਣ ਲੱਗਿਆ ਸ਼ੋਰ ਕਰਦਾ।
ਜਾਣਾ ਕਿਉਂ ਨਹੀਂ ਤੁਸੀਂ ਤਾਂ ਮੇਰੀ ਮਾਂ ਮਰਦੇ ਹੀ ਮੈਨੂੰ ਇੱਕ ਦਿਨ ਦੀ ਛੁੱਟੀ ਨਹੀਂ ਹੁਣ ਦਿੱਤੀ ਸੀ ਅੱਜ ਕਿਵੇਂ ਹੁਣ ਦੇ ਦੋਗੇ ਕਿਹੜੀ ਤੇਰੀ ਮਾਂ ਨੇ ਜਿਉਂਦੇ ਜੀ ਇਹ ਜਿਹਾ ਕਾਰਨਾਮਾ ਕੀਤਾ ਸੀ ਜਿਹੜਾ ਉਹਦੇ ਮਰੇ ਪਤੇ ਛੁੱਟੀ ਭਾਲਦਾ ਸੀ ਇਮੋਸ਼ਨਸ ਵੀ ਕੋਈ ਚੀਜ਼ ਹੁੰਦੇ ਨੇ ਉਧਰ ਮੇਰੀ ਮਾਂ ਮਰੀ ਪਈ ਸੀ ਉਧਰ ਮੈਨੂੰ ਘੜੇਸ ਕੇ ਤੁਸੀਂ ਕੋਰਟ ਲੈ ਗਏ ਸੀ ਅਖੇ ਜੀ ਨੇ ਤੁਰਨਾ ਸੀ ਉਹ ਤਾਂ ਤੁਰ ਗਈ ਹੁਣ ਕਿਤੇ ਕਲਾਇੰਟ ਬਿਨਾਂ ਤੁਰ ਜਾਣ ਬਸ ਤੇਰੀਆਂ ਆਹੀ ਇਮੋਸ਼ਨਲ ਹਰਕਤਾਂ ਕਰਕੇ ਮੇਰਾ ਕੰਮ ਅੱਧਾ ਰਹਿ ਗਿਆ ਜਦੋਂ ਕੋਈ ਕਲਾਇੰਟ ਆਉਂਦਾ ਉਹਨੂੰ ਰੋਕ ਕੇ ਖੜ ਜਾਂਦਾ ਅਖੇ ਤੈਨੂੰ ਗਵਾਹਾਂ ਦੀ ਨਹੀਂ ਦਵਾਵਾਂ ਦੀ ਲੋੜ ਅਗਲਾ ਮੈਨੂੰ 50,000 ਦੇਣ ਦੀ ਬਜਾਏ ਸਾਲਾ ਪੰਡਤ ਨੂੰ 5,000 ਦੇ ਕੇ ਉਹਦੇ ਕੋਲੋਂ ਕਿੱਥੇ ਕਰਾਇਆ ਅਗਲਾ ਕਹਿ ਕੇ ਕੇਸ ਜਿਤਾਉਂਦਾ ਹੈ ਮਹਾਰਾਜ ਸ਼ਾਬਾਸ਼ ਪਿਓ ਦੀ ਕਦੇ ਤਾਰੀਫ ਨਾ ਕਰੀ ਜਿਹੜਾ ਲੋਕਾਂ ਨੂੰ ਨਿੱਤ ਕੇਸ ਜਿਤਾਉਂਦਾ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਕੱਚ ਕੋਲੋਂ ਕਮੀਜ਼ ਉਧੜੀ ਹੋਈ ਸੀ ਤਾਂ ਪਾਇਆ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਜਦ ਤੈਨੂੰ ਪਤਾ ਹੋਵੇ ਤੇਰੇ ਭੈੜੇ ਭੈੜੇ ਐਕਸ਼ਨਾਂ ਤੋਂ ਮੈਨੂੰ ਚਿਹੜਾ ਇਹ ਬਾਰ ਬਾਰ ਕਿਉਂ ਕਰਦਾ ਮੇਰੇ ਮੂਹਰੇ ਸਾਲਾ ਛਿੱਤਰਾਂ ਦਾ ਯਾਰਾ ਪੂਰਾ ਹੁਣ ਇੱਥੇ ਚਾਜੂ ਪਾਈ ਰੱਖਣਾ ਕੋ ਕੋਰਟ ਵੀ ਜਾਣਾ ਜਾਣਾ ਚਲੋ ਕਾਰ ਚਲਾਓ ਫਿਰ ਕਿੰਨੀ ਵਾਰੀ ਸਮਝਾਵਾਂ ਪਿਓ ਪੁੱਤ ਅਸੀਂ ਘਰੇ ਆ ਕੋਰਟ ਦੇ ਵਿੱਚ ਤੂੰ ਮੇਰਾ ਅਸਿਸਟੈਂਟ ਆ ਆਪਣਾ ਮੋਟਰਸਾਈਕਲ ਚੱਕ ਤੇ ਮੇਰੀ ਕਾਰ ਦੇ ਪਿੱਛੇ ਪਿੱਛੇ ਆ ਪਿੱਛੇ ਪਿੱਛੇ ਆਏ ਤੇ ਵੱਡੇ ਰਾਸ਼ਟਰਪਤੀ ਦੇ ਕੀ ਪਿੱਛੇ ਮੁੜ ਕੇ ਦੇਖ ਦਿਓ ਮੈਂ ਤਾਂ ਕਿਹਾ ਆਇਆ ਪਿਤਾ ਜੀ ਮੈਂ 2 ਮਿੰਟ ਆਪਣੇ ਕਿਰਾਏਦਾਰ ਨਾਲ ਗੱਲ ਕਰਾਂਗਾ ਨਾ ਸੁੱਖਿਆ ਹੋਇਆ ਹਰ ਰੋਜ਼ ਲੇਟ ਹੀ ਆਉਣਾ ਜਾਮ ਲੱਗਿਆ ਹੋਇਆ ਸੀ ਉਹ 'ਚ ਫਸ ਗਿਆ ਸੀ ਟਰੱਕ 'ਤੇ ਆਇਆ ਜਿਹੜਾ ਜਾਮ 'ਚ ਫਸ ਗਿਆ ਸੀ ਆਇਆ ਤਾਂ ਮੋਟਰਸਾਈਕਲ 'ਤੇ ਆ ਨਾ ਫਿਰ ਮੋਟਰਸਾਈਕਲ 'ਤੇ ਕਿਹੜਾ ਲਾਲ ਬੱਤੀ ਲੱਗੀ ਹੋਈ ਹੈ ਜਿਹਨੂੰ ਦੇਖ ਕੇ ਲੋਕ ਰਾਹ ਛੱਡ ਦੇਣਗੇ ਪਿਓ ਨਾਲ ਗੱਲ ਕਰਨ ਦੀ ਤਮੀਜ਼ ਸਿੱਖ ਸਿੱਖ ਲਾਂਗੇ ਜਦੋਂ ਖੁੱਲ੍ਹਾ ਟਾਈਮ ਹੋਇਆ ਨਾਲੇ ਪਿਓ ਹੋਵੋਗੇ ਘਰੇ ਹੋਵੋਗੇ ਇੱਥੇ ਸਿਰ ਮੇਰੇ ਸੀਨੀਅਰ ਹੋ ਹੁਣ ਆਪਾਂ ਕੰਮ ਦੀ ਗੱਲ ਕਰੀਏ 3 ਮਹੀਨੇ ਹੋ ਗਏ ਤੈਨੂੰ ਬਿੱਲੂ ਬੰਸਲ ਦਾ ਕੇਸ ਦਿੱਤੇ ਨੂੰ ਹਜੇ ਤੱਕ ਉਹਦੀ ਬੇਲ ਕਿਉਂ ਨਹੀਂ ਹੋਈ ਬੇਲ ਕਿਵੇਂ ਹੋ ਜੂਗੀ ਪੇਸ਼ੀ ਤੇ ਤਾਂ ਗਿਆ ਨਹੀਂ ਨਾ ਬਿੱਲੂ ਬੰਸਲ ਨੂੰ ਕੋਰਟ ਦੀ ਮਾਨ ਮਰਿਆਦਾ ਦਾ ਜ਼ਰਾ ਖਿਆਲ ਨਹੀਂ ਉਹ ਤਾਂ ਗਿਆ ਸੀ ਮੈਂ ਹਾਜ਼ਰ ਨਹੀਂ ਹੋਇਆ ਨਾ ਵਕੀਲ ਹੋ ਕੇ ਤੈਨੂੰ ਇੰਨੀ ਅਕਲ ਨਹੀਂ ਕਿ ਇੱਕ ਵਕੀਲ ਦਾ ਪੇਸ਼ੀ ਤੇ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ ਮੈਂ ਕੀ ਕਰਾਂ ਤੀਜੇ ਦਿਨ ਤਾਂ ਜਾਮ 'ਚ ਫਸਿਆ ਰਹਿਣਾ ਕਿੰਨੇ ਵਾਰੀ ਕਿਹਾ ਕਚਹਿਰੀਆਂ ਦੇ ਕੋਲੇ ਕੋਠੀ ਪਾ ਲਓ ਤੂੰ ਕਚਹਿਰੀਆਂ ਕੋਲ ਕੋਠੀ ਭਾਲ ਦ ਮੇਰਾ ਤਾਂ ਤੈਨੂੰ ਉਹ ਚੋਂ ਕੱਢਣ ਨੂੰ ਜੀ ਕਰਦਾ ਜਿਹੜੀ ਆਲਰੇਡੀ ਪਾਈ ਹੋਈ ਆ ਹੁਣ ਤੱਕ ਇੱਕ ਕੇਸ ਜਿੱਤਣਾ ਤਾਂ ਦੂਰ ਦੀ ਗੱਲ ਤੇ ਤੋਂ ਇੱਕ ਸਿੰਪਲ ਜਿਹਾ ਕੇਸ ਦੀ ਜ਼ਮਾਨਤ ਨਹੀਂ ਕਰਾ ਹੋਈ ਜ਼ਮਾਨਤ ਸਵਾਹ ਕਰਾਵਾਂ ਪਹਿਲਾਂ ਵਕੀਲ ਦੀ ਜੱਜ ਕੋਲੇ ਪਹੁੰਚ ਤਾਂ ਕਰੋ 3 ਵਾਰੀ ਜੱਜ ਸਾਹਿਬ ਆਪਣੀ ਕਾਰ 'ਚ ਬਿਠਾ ਕੇ ਮੈਨੂੰ ਜਾਮ 'ਚੋਂ ਕੱਢ ਕੇ ਲੈ ਕੇ ਆਏ ਨੇ ਅੱਧਾ ਇੰਪ੍ਰੈਸ਼ਨ ਦਾ ਬੰਦੇ ਦਾ ਉੱਥੇ ਹੀ ਡਾਊਨ ਹੋ ਜਾਂਦਾ ਇੰਪ੍ਰੈਸ਼ਨ ਦਾ ਕੋਰਟ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੁੰਦਾ ਮੰਮੀ ਜੀ ਕਹਿੰਦੇ ਸੀ ਹੁੰਦਾ ਦੇਖਣ ਪੱਖਣ ਨੂੰ ਚਾਹੀਦੀ ਬੰਦੇ ਨੂੰ ਕੱਖ ਨਾ ਆਉਂਦਾ ਹੋਵੇ ਪਰ ਇੰਪ੍ਰੈਸ਼ਨ ਗੁੰਡ ਪੈਣਾ ਚਾਹੀਦਾ ਸਾਲਾ ਦੇਖਣ ਪੱਖਣ ਨੂੰ ਕਹਾ ਮਾਂ ਤੇਰੀ ਸ਼੍ਰੀ ਦੇਵੀ ਸੀ ਆਪ ਤਾਂ ਚੜੇ ਲੜ ਗਈ ਸੀ ਫਿਰ ਉਹਨੂੰ ਮਿਲਿਆ ਵੀ ਬਾਅਦ 'ਚ ਕੀ ਭੂਤ ਬਸ ਇਹ ਭੂਤ ਤੇ ਚੜੇਲੇ ਰਲ ਕੇ ਇਹ ਸਾਲਾ ਰਾਖਸ਼ ਜੰਮ ਲਿਆ ਕਈ ਵਾਰੀ ਮੈਨੂੰ ਸ਼ੱਕ ਪੈਂਦਾ ਤੂੰ ਸਾਡੀ ਔਲਾਦ ਹੈ ਨਹੀਂ ਕਿਸੇ ਸਾਲੇ ਨੇ ਆਪਣਾ ਜਵਾਕ ਹਸਪਤਾਲ 'ਚ ਬਦਲਤਾ ਐ ਤੁਹਾਨੂੰ ਕੋਈ ਦੇ ਦੂ ਆਪਣਾ ਜਵਾਕ ਜਿਹੇ ਜੇ ਤੁਹਾਡੇ ਹਾਲਾਤ ਨੇ ਤੁਹਾਨੂੰ ਕੋਈ ਸੂਈ ਹੋਈ ਕੁੱਤੀ ਦਾ ਕਤੂਰਾ ਨਾ ਦਵੇ ਹੌਲੀ ਬਕਵਾਸ ਕਰ ਰੱਬ ਦਾ ਵਾਸਤਾ ਤੂੰ ਭਾਵੇਂ 12 ਵਜੇ ਆ ਜਾ ਕਰ ਪਰ ਮੇਰੇ ਨਾਲ ਆ ਕੇ ਕਚਹਿਰੀਆਂ 'ਚ ਬਹਿਸ ਨਾ ਕਰਿਆ ਕਰ ਤੇਰੀਆਂ ਇਹਨਾਂ ਹਰਕਤਾਂ ਕਰਕੇ ਵਕੀਲ ਯੂਨੀਅਨ 'ਚ ਸਾਡੀ ਥੂ ਥੂ ਹੋਈ ਪਈ ਆ ਕਈ ਵਕੀਲਾਂ ਨੇ ਚੈਂਬਰ ਦੇ ਬਾਹਰ ਲਿਖ ਕੇ ਲਾਇਆ ਹੋਇਆ ਜੇ ਕੇਸ ਲੜਨਾ ਤਾਂ ਸਾਡੇ ਕੋਲੋਂ ਜੇ ਉਹ ਲੜਨਾ ਤਾਂ ਢਿੱਲੋਂ ਕੋਲ ਜਾਓ ਡੈਡੀ ਹਾਰਟ ਨਾ ਹੋਵੋ ਹੌਸਲਾ ਰੱਖੋ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਉਹ ਤਾਂ ਜੱਜ ਦੇ ਬਿਨਾਂ ਅੰਦਰ ਨਹੀਂ ਵੜ ਦਿੰਦਾ ਤਾਂ ਪਾਇਆ ਚਾਹੁੰਦੇ ਕੀ ਹੋ ਬਿੱਲੂ ਦੀ ਜ਼ਮਾਨਤ ਕਰਾ ਦੇ ਹੋਰ ਮੈਂ ਤੇਰੇ ਕੋਲੋਂ ਕਤੂਰਾ ਮੰਗਿਆ ਗੋਲਡੀ 3 ਮਹੀਨੇ ਹੋ ਗਏ ਮੇਰੇ ਡੈਡੀ ਨੂੰ ਅੰਦਰ ਹੋਏ ਤੂੰ ਨਾ ਮੈਨੂੰ ਸੱਚੀ ਸੱਚੀ ਦੱਸ ਦੇ ਜੇ ਤੇਥੋਂ ਮੇਰੇ ਡੈਡੀ ਦੀ ਬੇਲ ਨਹੀਂ ਨਾ ਹੁੰਦੀ ਮੈਂ ਕੋਈ ਹੋਰ ਵਕੀਲ ਕਰ ਲੈਣੀ ਆ ਪਰ ਐਵੇਂ ਸਾਨੂੰ ਲਟਕਾ ਨਾ ਪਾਗਲ ਤੂੰ ਮੇਰੀ ਗੇਮ ਨਹੀਂ ਸਮਝ ਰਹੀ ਮੈਂ ਜਾਣਬੁੱਝ ਕੇ ਬੇਲ ਨਹੀਂ ਕਰਾ ਰਿਹਾ ਹਾਂ ਜਿੰਨਾ ਚਿਰ ਤੇਰੇ ਡੈਡੀ ਅੰਦਰ ਰਹਿਣਗੇ ਨਾ ਆਪਾਂ ਖੁੱਲ ਕੇ ਮਿਲ ਸਕਦੇ ਆ ਸਮਝੀ ਦਾ ਹੁੰਦਾ ਹਾਏ ਗੋਲਡੀ ਤੂੰ ਕਿਹੋ ਜੀਆਂ ਗੱਲਾਂ ਕਰਦਾ ਤੂੰ ਨਾ ਦੁਨੀਆ ਦਾ ਪਹਿਲਾ ਆਸ਼ਿਕ ਹੋਵੇਂਗਾ ਜਿਨੇ ਪਿਓ ਤੇ ਧੀ ਦੋਵੇਂ ਫਸਾ ਕੇ ਰੱਖੇ ਹੋਏ ਆ ਦੇਖ ਬੇਲ ਕਰਾਉਣ ਨੂੰ ਤਾਂ ਮੈਂ ਅੱਜ ਕਰਾ ਦਾਂ ਪਰ ਫਿਰ ਆਪਾਂ ਐ ਖੁੱਲ ਕੇ ਮਿਲ ਜੁਲ ਨਹੀਂ ਸਕਦੇ ਯਾਰ ਐਵੇਂ ਚੰਗਾ ਲੱਗਦਾ ਮੈਂ ਇੱਥੇ ਬਾਹਰ ਘੁੰਮਦੀ ਆ ਤੇ ਡੈਡੀ ਮੇਰੇ ਅੰਦਰ ਜਨਾਬ ਮੈਂ ਆਪਣੇ ਵਕੀਲ ਨਾਲ ਕੱਲਿਆਂ 'ਚ ਗੱਲ ਕਰ ਲਾਂ ਨਹੀਂ ਕਰ ਸਕਦਾ ਹੈ ਚਲੋ ਫਿਰ ਤੁਸੀਂ ਨਾਲ ਹੋ ਲਓ ਜਿਹੜੀਆਂ ਮਾਂ ਭੈਣ ਦੀਆਂ ਗਾਲਾਂ ਮੈਂ ਉਹਨੂੰ ਕੱਢਣੀਆਂ ਉਹ ਤੁਸੀਂ ਵੀ ਸੁਣ ਲਿਓ ਡੈਡੀ ਆ ਗਈ ਤੇਰੇ ਸਤਿ ਸ਼੍ਰੀ ਅਕਾਲ ਅੰਕਲ ਹੱਥ ਤੇਰੀ ਮਾਂ ਨੂੰ ਤੇਰੀ ਨੂੰ ਹੱਥ ਤੇਰੀ ਭੈਣ ਨੂੰ ਤੇਰੀ ਪੁਲਿਸ ਨਾਲ ਖੜੀ ਹੈ ਤੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕਰ ਸਕਦਾ ਫਿਰ ਮੈਂ ਕੰਨ 'ਚ ਕੱਢ ਲੈਂਦਾ ਪਰ ਫਿਰ ਦੇਖ ਲਓ ਨਾ ਤਾਂ ਗਾਲ ਕੱਢਣ ਵਾਲੇ ਨੂੰ ਸਵਾਦ ਆਣਾ ਨਾ ਸੁਣਨ ਵਾਲੇ ਨੂੰ ਆੜਾ ਉਹ ਬੰਦਾ ਬਣ ਕੇ ਜਿਹੜੀ ਗੱਲ ਕਰਨੀ ਕਰ ਨਹੀਂ ਤਾਂ ਸਿੱਧਾ ਪੇਸ਼ੀ ਚੱਲ ਮੇਰਾ ਕਸੂਰ ਕੀ ਹੈ ਦੱਸ ਆਪਾਂ ਜੱਜ ਸਾਹਿਬ ਤੋਂ ਪੁੱਛ ਲੈਂਦੇ ਅੰਕਲ ਫਿਰ ਤੂੰ ਇੱਥੇ ਆਂਡੇ ਵੇਚਣ ਨੂੰ ਖੜਾ ਹੈ ਅੰਕਲ ਕਸੂਰ ਤਾਂ ਕੋਈ ਜ਼ਿਆਦਾ ਹੈ ਨਹੀਂ ਸੀਗਾ ਤੁਸੀਂ ਤਾਂ ਮੇਰੇ ਕਹਿਣ ਦੇ ਉੱਤੇ ਬਦਮਾਸ਼ੀ ਛੱਡ ਕੇ ਲੋਕ ਭਲਾਈ ਦੇ ਕੰਮਾਂ 'ਚ ਪੈ ਗਏ ਸੀਗੇ ਇੱਕ ਵਾਰੀ ਗਰੀਬਾਂ ਨੂੰ ਕੰਬਲ ਵੰਡ ਰਹੇ ਸੀਗੇ ਇੱਕ ਗਰੀਬ ਨੇ ਬੀੜੀ ਪੀ ਕੇ ਤੁਹਾਡੇ ਪੈਰ ਤੇ ਬਜਾਤੀ ਬਸ ਨਾਲ ਹੀ ਤੁਹਾਨੂੰ ਗੁੱਸਾ ਆ ਗਿਆ ਉਹ ਹੀ ਕੰਬਲ ਗਰੀਬ ਦੇ ਉੱਤੇ ਪਾ ਕੇ ਤੁਸੀਂ ਉਹਨੂੰ ਫੈਂਟ ਤਾ ਬਸ ਜ਼ਿਆਦਾ ਕਸੂਰ ਤਾਂ ਕੋਈ ਵੀ ਨਹੀਂ ਸੀਗਾ ਜੀ ਦੱਸ ਬਈ ਇੰਨੇ
थलड़ी फाइल चको नाले तुसी ये ना कहो इन्हें मेरी फीस मार लेनी है चाचू पहला तो मैंने कोर्ट चाचू कहना बंद करो तुसी इन्हां दी फालतू पेशियां पवा के इन्हां तो पैसे लुट रहे हो नहीं चाचू सॉरी माय लॉर्ड दरअसल इन्हां दी धी नाल मेरे रिश्ते दी गल चल रही है ओदा इस केस नाल की लेना देना पर मेरे नाल तो है ना जी तुसी ए कहता भी ये केस इन्ना इजी सी तो मेरा रिश्ता टूट जाऊ सगा तुसी ए कह के मेरी मदद करो भी ये केस बहुत टफ सी मेरी मैरिज हो जाऊ कोर्ट मेरी मदद करे मैं कोर्ट की मदद करूंगा तू कोर्ट की किवें मदद करेगा भाई कोर्ट मैरिज करवा के चार पैसे कोर्ट भी तो बनेंगे ना पहला तो तुसी बंदियां वांग केस लड़ना सीखो इस वाशा वाला काम कद तक चलूगा तुसी मेरे डैडी दे दोस्त री चाचू मैं था सुनया सी कानून दी अखां नहीं हुंदियां पर अज पता लगे चाचू भी कानून दा दिल भी नहीं हुंदा समझ गया सही फाइल मिल चुकी है योर ऑनर मेरा मुवक्किल बिल्लू बंसल ਬਿੱਲੂ ਬੰਸਲ ਨੇ ਇਹੋ ਜਿਹਾ ਕੋਈ ਜੁਰਮ ਨਹੀਂ ਕੀਤਾ ਕਿ ਇਹਨੂੰ ਬੇਲ ਨਾ ਮਿਲ ਸਕੇ ਮੈਂ ਪੂਰੀ ਮਿਹਨਤ ਦੇ ਨਾਲ ਮੁਸ਼ਕਤ ਦੇ ਨਾਲ ਦਿਨ ਰਾਤ ਕਰਕੇ ਖੂਨ ਪਸੀਨਾ ਬਹਾ ਕੇ ਇਹ ਫਾਈਲ ਤਿਆਰ ਕੀਤੀ ਹੈ ਹੋ ਸਕਦਾ ਸੀ ਇਸ ਕੇਸ ਦੇ ਵਿੱਚ ਬਿੱਲੂ ਬੰਸਲ ਨੂੰ ਸਾਲਾਂ ਬਦੀ ਅੰਦਰ ਰਹਿਣਾ ਪੈਂਦਾ ਮਾਈ ਲਾਰਡ ਕੇਸ ਤੁਸੀਂ ਦੇਖ ਹੀ ਚੁੱਕੇ ਹੋ ਜਿਹਦੀ ਫਾਈਲ ਤੁਹਾਡੇ ਸਾਹਮਣੇ ਹੈ ਕੇਸ 'ਤੇ ਪੂਰੀ ਨਜ਼ਰ ਮਾਰਦੇ ਹੋਏ ਅਦਾਲਤ ਇਸ ਫੈਸਲੇ 'ਤੇ ਪਹੁੰਚਦੀ ਹੈ ਕਿ ਬਿੱਲੂ ਬੰਸਲ ਨੂੰ ਬੇਲ ਦੇ ਦਿੱਤੀ ਜਾਵੇ ਦੇਖਿਆ ਡੈਡੀ ਆਖੇ ਤੁਹਾਡੀ ਬੇਲ ਇਹਨਾਂ ਨੇ ਕਰਾਈ ਦਿੱਤੀ ਇਹ ਜੇ ਵਕੀਲ ਨਾਲ ਹੋਵੇ ਤਾਂ ਬੰਦਾ ਸਾਰੀ ਦੁਨੀਆ ਤੋਂ ਨਾ ਡਰੇ ਬੇਟਾ ਜੀ ਮੈਨੂੰ ਮਾਣ ਹੈ ਤੁਹਾਡੇ ਤੇ ਥੈਂਕ ਯੂ ਅੰਕਲ ਉਹ ਜਿਹੜਾ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਨਾ ਜੀ ਉਹਦੇ ਕਰਕੇ ਸੌਰੀ ਜੀ ਬੇਟਾ ਜੀ ਸੱਚਾਈ ਦੀ ਜੰਗ ਦੇ ਵਿੱਚ ਟਾਈਮ ਤਾਂ ਲੱਗਦਾ ਹੀ ਹੈ ਹੁਣ ਤੂੰ ਮੈਨੂੰ ਚੈਨ ਨਾਲ ਜੀਣ ਦੇਣਾ ਕਿ ਨਹੀਂ ਦੇਣਾ ਨਾ ਹੁਣ ਕਿਹੜੀ ਮੇਰੀ ਮੋਟਰਸਾਈਕਲ ਦੀ ਚੇਨ ਤੁਹਾਡੀ ਮੂਹਰੀ ਚੜ ਗਈ ਜੇ ਮੇਰੇ ਕੇਸ ਲੜਨ ਦੇ ਤਰੀਕੇ ਤੋਂ ਜੱਜ ਇੰਪ੍ਰੈਸ ਸੀ ਤੈਨੂੰ ਕੀ ਲੋੜ ਸੀ ਉੱਥੇ ਬਕਵਾਸ ਕਰਨ ਦੀ ਕਿ ਡੈਡੀ ਦੀ ਤਾਂ ਲਾਅ ਦੇ ਵਿੱਚ ਕੰਪਾਰਟਮੈਂਟ ਆਈ ਸੀ ਤੇਰੇ ਕਰਕੇ ਮੇਰਾ ਬਾਰ ਕਾਉਂਸਲ ਦਾ ਲਾਇਸੈਂਸ ਕੈਂਸਲ ਹੁੰਦਾ ਹੁੰਦਾ ਬੱਚੇ ਮੈਂ ਤਾਂ ਆਪਣੀ ਮੰਮੀ ਜੀ ਦੀ ਸਿੱਖਿਆ ਨੂੰ ਫੋਲੋ ਕਰਦਾ ਉਹਨਾਂ ਨੇ ਬਸ ਇੱਕੋ ਗੱਲ ਸਿਖਾਈ ਸੀ ਪੁੱਤ ਜ਼ਿੰਦਗੀ 'ਚ ਨਾ ਹੀ ਕਦੇ ਝੂਠ ਬੋਲੀ ਤੇ ਨਾ ਹੀ ਕਿਸੇ ਨੂੰ ਬੋਲਣ ਦੀ ਜੇ ਆਪਣੀ ਮਾਂ ਦੇ ਸਿਖਾਏ ਪੈਂਤਰੇ ਕੋਡ ਦੇ ਵਿੱਚ ਵਰਤਣੇ ਸੀ ਤਾਂ ਲਾਅ ਕਾਲਜ ਦੇ ਵਿੱਚ ਧੱਕੇ ਖਾਣ ਦੀ ਕੀ ਲੋੜ ਸੀ ਉਹਦੇ ਕੋਲੇ ਵਕਾਲਤ ਸਿੱਖ ਲੈਣੀ ਸੀ ਜੇ ਅੱਜ ਮੇਰੇ ਮੰਮੀ ਜੀ ਜਿਉਂਦੇ ਹੁੰਦੇ ਮੈਂ ਅੱਜ ਜੱਜ ਲੱਗਿਆ ਹੋਣਾ ਸੀ ਦਿਖਾਈ ਜੱਜ ਵਾਲੀ ਪੁੱਛੀ ਸਾਲਿਆ ਦੱਸ ਵੀ ਤਾਂ ਤੈਨੂੰ ਪੈਸੇ ਦੇ ਕੇ ਪਾਸ ਕਰਾਈ ਹੈ ਨਾ ਆਸਾਨ ਕਰਤਾ ਮੇਰੇ ਤੇ ਕੋਈ ਬੱਚਿਆਂ ਦੀ ਪੜ੍ਹਾਈ ਤੇ ਮਾਪੇ ਪੈਸੇ ਲਾਉਂਦੇ ਹੁੰਦੇ ਨੇ ਤੂੰ ਤਾਂ ਮੇਰਾ ਟ੍ਰੀਟ ਵੀ ਐ ਕਰ ਦੋ ਜਿਵੇਂ ਮੈਂ ਲੋਟਰੀ 'ਚ ਨਿਕਲਿਆ ਹੁੰਨਾ ਲਾਟਰੀ ਉਹ ਤੂੰ ਤਾਂ ਉਹ ਸਰਕਾਰੀ ਸੰਮਣ ਜਿਹਨੂੰ ਨਾ ਚਾਹੁੰਦਾ ਵੀ ਫਾਨਾ ਪੈਂਦਾ ਨਾ ਤੇ ਮੇਰੇ ਨਾਲ ਘਰੇ ਤੂੰ ਤੂੰ ਮੈਂ ਕਰਦਾ ਰਹਿਣਾ ਇਹੀ ਜਾ ਕੇ ਜੇ ਕੋਰਟ 'ਚ ਕਰੇ ਚਾਰ ਪੈਸੇ ਮੈਂ ਕਮਾ ਕੇ ਲੈ ਗਿਆ ਮੈਂ ਨਿਕਲੇ ਨਾ ਬਿੱਲੀ ਥੈਲਿਓ ਬਾਹਰ ਆ ਗਈ ਨਾ ਗੱਲ ਪੈਸੇ ਤੇ ਨਾ ਪੈਸਾ ਨਾਲ ਲੈ ਕੇ ਜਾਣਾ ਸਾਲਿਆ ਜਿੱਦਾਂ ਤੇ ਤੂੰ ਸ਼ੌਕ ਪਾਲੇ ਆ ਨਾ ਛੱਡ ਕੇ ਤੂੰ ਇੱਥੇ ਵੀ ਨਹੀਂ ਜਾਣਾ ਆ ਭੈੜੀਆਂ ਭੈੜੀਆਂ ਐਗਜ਼ਾਮਪਲਾਂ ਦੰਨਾ ਇਹਦਾ ਮਤਲਬ ਸਾਰੀ ਉਮਰ ਪੈਸਾ ਕਮਾਏਗਾ ਹੀ ਨਹੀਂ ਹੀਰੋ ਜਵਾਨੀ ਵੇਲੇ ਤੇ ਵਕੀਲ ਬੜਾਪੇ ਵੇਲੇ ਪੈਸੇ ਕਮਾਉਂਦੇ ਹੁੰਦੇ ਨੇ ਆ ਭਗਾਈ ਵੀ ਤੇਰੀ ਮਾਂ ਹੀ ਸਿਖਾ ਕੇ ਗਈ ਹੋਣੀ ਮੇਰੀ ਮਾਂ ਨੇ ਤਾਂ ਇਹ ਵੀ ਸਿਖਾਇਆ ਸੀ ਵੀ ਆਦ ਤੋਂ ਘੱਟ ਆਈ ਕਿਉਂ ਵਾਲੇ ਬੰਦੇ ਦੇ ਮੂੰਹ ਹੀ ਨਹੀਂ ਲੱਗੀਦਾ ਹੁੰਦਾ ਬਸ ਇਹਨਾਂ ਘਟੀਆ ਆਦਤਾਂ ਕਰਕੇ ਤੇਰੀ ਮਾਂ ਦੀ ਆਤਮਾ ਹਜੇ ਤੱਕ ਭਟਕਦੀ ਫਿਰਦੀ ਆ ਉੱਪਰ ਉਹ ਧਰਮਰਾਜ ਨੂੰ ਵੀ ਆਪਣੇ ਲੈਵਲ ਦਾ ਨਹੀਂ ਸਮਝਦੀ ਤਾਂ ਹੀ ਅਜੇ ਤੱਕ ਉੱਪਰ ਐਡਜਸਟ ਨਹੀਂ ਹੋਈ ਥੱਲੇ ਬੜਾ ਐਡਜਸਟ ਹੋ ਗਈ ਸੀ ਤੁਹਾਡੇ ਨਾਲ ਸਾਲੀ ਗੰਦੀ ਔਲਾਦ ਨਾ ਮੈਂ ਜ਼ਰਾ ਸਵਾਦ ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਮੂਰੇ ਹੁਣ ਐ ਕੀਤਾ ਪਿੱਟ ਪਿੱਛੇ ਕਰਾਂ ਸਾਲੇ ਇੱਕ ਡਮਰੂ ਆ ਜਿਹੜਾ ਪਿੱਛੇ ਵਜਾਉਣਾ ਡਮਰੂ ਰਿਚ ਮੂਰੇ ਵਜਾਈਦਾ ਸਾਲੇ ਆਪਣੀ ਮਾਂ ਨੂੰ ਪੁੱਛ ਜਿਵੇਂ ਰਿਚ ਪਸੰਦ ਕੀਤਾ ਸੀ ਕਾਸ਼ ਮੇਰੀ ਮਾਂ ਨੇ ਮੈਨੂੰ ਪਹਿਲਾਂ ਜੰਮਿਆ ਹੁੰਦਾ ਮੈਂ ਰਿਸ਼ਤੇ ਨਹੀਂ ਹੋਣ ਦੇਣਾ ਸੀ ਸੋਲਿਆ ਪਾਰਵਤੀ ਕੌਰ ਸਾਲਾ ਮੇਰੇ ਯੋਗਦਾਨ ਤੋਂ ਬਿਨਾਂ ਹੀ ਤੇਰੇ ਨਾਲ ਪਿੱਛੋਂ ਹੀ ਆਉਣ ਜਸ ਕਿਵੇਂ ਜਸ ਠੀਕ ਹੈ ਗੋਲਡੀ ਵੀਰੇ ਕਿਵੇਂ ਨਿਕੀ ਜਾ ਕਰੀ ਪਿਆ ਗੋਲਡੀ ਮੀਤ ਨੂੰ ਕੈਨੇਡਾ ਲੈ ਕੇ ਜਾਣ ਦਾ ਪੂਰਾ ਇੰਤਜ਼ਾਮ ਕਰ ਲਿਆ ਤੇਰੇ ਭਰਾ ਨੇ ਓ ਵਾਓ ਵੈਰੀ ਗੁੱਡ ਬਸ ਤੇ ਮੇਰਾ ਇੱਕ ਛੋਟਾ ਜਿਹਾ ਕੰਮ ਕਰਨਾ ਹੁਕਮ ਕਰ ਜੇ ਤੇਰੇ ਡੈਡੀ ਨੇ ਤੈਨੂੰ ਪੁੱਛਿਆ ਨਾ ਵੀ ਤੇਰੀਆਂ ਲੱਤਾਂ ਖੜ ਗਈਆਂ ਤੇ ਤੂੰ ਹਾਂ ਕਹਿ ਦੀ ਨਾ ਹੁਣ ਆ ਕੀ ਨਵਾਂ ਪੰਗਾ ਵੀਰੇ ਵੀਜ਼ਾ ਆਏ ਤੇ ਭੰਗੜੇ ਪੈਣਗੇ ਭੰਗੜੇ ਗੋਲਡੀ ਵੀਰੇ ਆ ਲੱਤਾਂ ਦੇ ਇਲਾਜ ਦੇ ਬਹਾਨੇ ਤਾਂ ਮੈਂ ਮੀਤ ਨੂੰ ਕੈਨੇਡਾ ਜਾਣ ਲਈ ਤਿਆਰ ਕੀਤਾ ਵਾ ਮਤਲਬ ਬੰਦਾ ਹੁਣ ਆਪਣੇ ਘਰ ਦੇ ਸਾਹਮਣੇ ਚੱਲਣੋਂ ਵੀ ਗਿਆ ਐ ਕਿਵੇਂ ਚੱਲਣ ਹੋ ਗਿਆ ਮੈਂ ਤੁਹਾਡੇ ਮਨਾ ਕਰਨ ਦੇ ਬਾਵਜੂਦ ਡੈਡੀ ਜੀ ਨੂੰ ਦੱਸ ਬੈਠੀ ਉਹ ਦੇਸੀ ਹਕੀਮ ਲੈ ਕੇ ਆਇਆ ਆਓ ਜੀ ਹਕੀਮ ਸਾਹਿਬ ਆਓ ਬੇਟੇ ਚਿੰਤਾ ਨਹੀਂ ਕਰਨੀ ਹਕੀਮ ਸਾਹਿਬ ਸਭ ਠੀਕ ਕਰ ਦੇਣਗੇ ਹਾਂ ਮੈਂ ਉਹ ਸਭ ਠੀਕ ਕਰ ਦੂੰਗਾ ਪਹਿਲਾਂ ਸਭ ਜਨਾਨੀਆਂ ਨੂੰ ਬਾਹਰ ਕੱਢ ਦਿਓ ਇੱਥੇ 10 ਜਨਾਨੀਆਂ ਖੜੀਆਂ
ਲੈ ਦੇ ਕੇ ਇੱਕ ਤਾਂ ਜਨਾਨੀ ਆ ਪਰ ਜਿਹੜੀ ਵੀ ਹੈਗੀ ਇਹਨੂੰ ਬਾਹਰ ਕੱਢੋ ਕਿਉਂਕਿ ਲਾਲ ਬੜਾ ਟੇਢਾ ਇਹਤੋਂ ਦੇਖਿਆ ਨਹੀਂ ਜਾਣਾ ਤੁਸੀਂ ਹੌਸਲਾ ਰੱਖਿਓ ਸਭ ਠੀਕ ਹੋ ਜਾਊਗਾ ਹਾਂ ਹੁਣ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਐ ਦੱਸੋ ਵੀ ਤੁਹਾਡੇ ਕੋਲ ਮਰੀਜ਼ ਕਿਹੜਾ ਮਤਲਬ ਆ ਲੱਤਾਂ ਨੇ ਜੀ ਮਰੀਜ਼ ਲੈ ਮੈਂ ਤਾਂ ਗੁੰਗਿਆਂ ਨੂੰ ਬੋਲਣ ਲਾਤਾ ਬੋਲਿਆਂ ਨੂੰ ਸੁਣਨ ਲਾਤਾ ਲੰਗੜਿਆਂ ਨੂੰ ਤੁਰਨ ਲਾਤਾ ਹੁਣ ਦੱਸੋ ਬੱਚਾ ਬਿਮਾਰੀ ਕਦੋਂ ਤੋਂ ਸ਼ੁਰੂ ਹੋਈ ਅੱਜ ਸਵੇਰ ਤੋਂ ਇਕਦਮ ਹਿਲਜੁਲ ਬੰਦ ਹੋ ਗਈ ਤੇ ਲੱਤਾਂ ਸੁੰਨ ਹੋ ਗਈਆਂ ਬੇਟੇ ਦਿਲ ਨਾ ਛੱਡੋ ਹਕੀਮ ਸਾਹਿਬ ਨੇ ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਕੀਤੀਆਂ ਢਿੱਲੋਂ ਸਾਹਿਬ ਗੋਲਡੀ ਨੇ ਦੇਸੀ ਇਲਾਜ ਨਾਲ ਠੀਕ ਨਹੀਂ ਹੋਣਾ ਤੂੰ ਠੀਕ ਨਹੀਂ ਹੋਣਾ ਹਾਂ ਠੀਕ ਨਹੀਂ ਹੋਣਾ ਓਹੋ ਬੁੱਗੇ ਘਬਰਾਉਂਦੇ ਕਿਉਂ ਮੰਨਿਆ ਕਿ ਇਲਾਜ ਥੋੜਾ ਟੇਢਾ ਭਾਵੇਂ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ ਪਰ ਮੈਂ ਕਰਾਂਗਾ ਗਰੰਟੀ ਨਾਲ ਦੇਖੋ ਤੁਹਾਡੇ ਭਾਵੇਂ ਤੁਹਾਡੇ ਇੱਥੇ ਪਰ ਲੱਤਾਂ ਮਿਲਖਾ ਸਿਉਂ ਵਾਂਗੂ ਭੱਜਣਗੀਆਂ ਭੱਜਣਗੀਆਂ ਫਿਰ ਮੈਨੂੰ ਉਲਾਮਾ ਨਹੀਂ ਦੇਣਾ ਕਿ ਓਵਰ ਸਪੀਡ ਕਰਕੇ ਲੱਤਾਂ ਨਾਲ ਚਲਾਨ ਕੱਟਿਆ ਗਿਆ ਉਹ ਹਕੀਮ ਸਾਹਿਬ ਕੀ ਟ੍ਰੈਫਿਕ ਰੂਲ ਜੇ ਸਮਝਾਈ ਜਾਂਦੇ ਹੋ ਜਿਹੜਾ ਕੰਮ ਕਰਨਾ ਹੈ ਉਹ ਕਰੋ ਹਾਂ ਆ ਦੇਖੋ ਮਹਿਸੂਸ ਹੋ ਰਿਹਾ ਨਹੀਂ ਨਹੀਂ ਹੋ ਰਿਹਾ ਨਹੀਂ ਹੁਣ ਨਾ ਬਿਲਕੁਲ ਵੀ ਨਹੀਂ ਹੁਣ ਤਾਂ ਜਮਾ ਨਹੀਂ ਹੋਇਆ ਨਾ ਨਾ ਹਕੀਮ ਸਾਹਿਬ ਹੱਥ ਤਾਂ ਪਾਇਓ ਜੇ ਬਿਮਾਰੀ ਸਮਝੋਗੇ ਨਹੀਂ ਤਾਂ ਕੋਰਾ ਜਵਾਬ ਦੇ ਦਿਓ ਤੁਹਾਡੀ ਪੇਮੈਂਟ ਹੋ ਜੂਗੀ ਹਨਾ ਮੈਂ ਸਭ ਸਮਝ ਗਿਆ ਇੱਕ ਤਾਂ ਟੈਨਸ਼ਨ ਨਹੀਂ ਲੈਣੀ ਘਬਰਾਉਣਾ ਨਹੀਂ ਜੇ ਜੀ ਕੱਚਾ ਹੋਵੇ ਤਾਂ ਦੰਦਾਂ ਥੱਲੇ ਜੀਭ ਦਬਾ ਕੇ ਬੈਠ ਜਾਣਾ ਤੇ ਜਦੋਂ ਮਹਿਸੂਸ ਹੋਇਆ ਤਾਂ ਬੋਲ ਕੇ ਦੱਸਣਾ ਠੀਕ ਹੈ ਮਹਿਸੂਸ ਹੋਇਆ ਨਾ ਨਾ ਇਹ ਹੁਣ ਮਹਿਸੂਸ ਹੋਇਆ ਪਰ ਤੂੰ ਆਪਣਾ ਜੇ ਮਹਿਸੂਸ ਨਹੀਂ ਹੋ ਰਿਹਾ ਤਾਂ ਕਹਿ ਵੀ ਮਹਿਸੂਸ ਨਹੀਂ ਹੋ ਰਿਹਾ ਕਿਉਂ ਜੀ ਬਿਲਕੁਲ ਆਪਣੇ ਮੁੰਡੇ ਦੇ ਵਿਆਹ ਦਾ ਚਾਅ ਤਾਂ ਪੂਰਾ ਕਰ ਲਵੇ।